ਬਈ ਕੰਮ ਸੇ 6 ਮਹੀਨੇ ਛੁੱਟੀਆਂ ਲੈਣੇ ਦਾ ਕੀ ਤਰੀਕਾ ਹੈ ਬਰਦਰ ਲਗਾਤਾਰ 6 ਮਹੀਨੇ ਛੁੱਟੀਆਂ ਲੈਣ ਦੇ ਇੱਕ ਬਾਹ ਤਰੀਕਾ ਹੈ ਇਹ ਕਿ ਤੁਸੀਂ ਆਪਣੇ ਦਤੁਰ ਦੀ ਲਾਵਰ ਨੂੰ ਲਿਖ ਕੇ ਬਕਾਇਦਾ ਰਿਕਵੈਸਟਾ ਕਰੋ ਕਿ ਉਹ ਤੁਹਾਨੂੰ ਅਸਪੇਕਟਾ ਤੀਵਾ ਨੋਨ ਰਿਟਰੀਬਿਊਟਾ ਜਿਹੜਾ ਵੇ ਤੁਹਾਨੂੰ ਉਹ ਦੇ ਦੇ ਯਾਨੀ ਕਿ ਵਿਦਆਉਟ ਪੇ ਛੁੱਟੀਆਂ ਜਿਹੜੀਆਂ ਤੁਹਾਨੂੰ ਉਹ ਦੇ ਦੇ ਕੁੰਤਰਾਤੋ ਕੋਲੇਕਟਿਵੋ ਨੈਸ਼ਨਾਲੇ ਦੀ ਲਾਵਰੋ ਚੀਸੀਐਨਐਲ ਜਿਹੜਾ ਵੇ ਉਹਦੇ ਵਿੱਚ ਬਕਾਇਦਾ ਕਾਨੂੰਨ ਹੈ ਉਹ ਚ ਸ਼ੇਕ ਦੇ ਮੁਤਾਬਕ ਹੈ ਵੇ ਕਿ ਕੋਈ ਵੀ ਲਾਵਰਾ ਤੋਰੇ ਆਪਣੇ ਮੁੱਤੀ ਵੀ ਪਰਸਨਲ ਵਾਲੇ ਵਾਸਤੇ ਦੁਮਾਂਦਾ ਕਰ ਸਕਦਾ ਹੈ ਯਾਨੀ ਕਿ ਵਿਦਆਉਟ ਪੇ ਸਵਾਸਤ ਤੁਰਦੀ ਲੋਰਣੇ ਪਹਿਲੇ ਆਪਣਾ ਜ਼ਿੰਦਾ ਵੇਖਣਾ ਫਿਰ ਤੁਹਾਡੀਆਂ ਪ੍ਰੋਬਲਮ ਵੇਖਣੀਆਂ ਨੇ ਔਰ ਉਹਦੇ ਵਾਸਤੇ ਆਵੇ ਕਿ ਅਗਰ ਇੱਕ ਮਿਸਾਲੇ ਵਰਕਰਾਂ ਦੀ ਸ਼ਾਰਟੇਜ ਹੈ ਜਾਂ ਤੁਹਾਡੇ ਤੋਂ ਬਿਗੈਰ ਕੰਮ ਨਹੀਂ ਚੱਲਦਾ ਤੇ ਉਹ ਇਨਕਾਰ ਵੀ ਕਰ ਸਕਦਾ ਲੇਕਿਨ ਇਹਦੇ ਨਾਲ ਹੁੰਦਾ ਹੈ ਵੇ ਜੇ ਤੁਸੀਂ ਆਪਣਾ ਲਿਖ ਕੇ ਇੱਕ ਦੁਮਾਂਦਾ ਕਰਦੇ ਹੋ ਤੇ ਫਿਰ ਤੁਹਾਨੂੰ ਜੌਬ ਜਿਹੜਾ ਉਹ ਵੀ ਲਿਖ ਕੇ ਦਿੰਦਾ ਕਿਸ ਵਜ੍ਹਾ ਨੂੰ ਤੁਹਾਨੂੰ ਛੁੱਟੀਆਂ ਨਹੀਂ ਦੇ ਰਿਹਾ ਤੁਹਾਡੇ ਸਾਹਮਣੇ ਇੱਕ ਫਾਰਮੂਲਾ ਨਾ ਵਾ ਇਸ ਤਰ੍ਹਾਂ ਤੁਸੀਂ ਜਿਹੜਾ ਵੀ ਤਿਆਰ ਕਰਨਾਵੇਂ ਔਰ ਥੱਲੇ ਤੁਸੀਂ ਵਜ੍ਹਾ ਲਿਖਣੀ ਕਿਸ ਵਜ੍ਹਾ ਵਾਸਤੇ ਤੁਹਾਨੂੰ ਛੁੱਟੀਆਂ ਚਾਹੀਦੀਆਂ ਨੇ ਉਹਦੇ ਵਾਸਤੇ ਇੱਕ ਵੈਲਿਡ ਵਜ੍ਹਾ ਹੋਣੀ ਚਾਹੀਦੀ ਹੈ ਵੈਲਿਡ ਵਜ੍ਹਾ ਤੁਸੀਂ ਇਹ ਲਿਖ ਸਕਦੇ ਹੋ ਕਿ ਗਰਾਵੀ ਮੂਤੀ ਵੀ ਫੈਮਿਲੀਅਰੀ ਤੁਸੀਂ ਇਹ ਲਿਖ ਕੇ ਦਮਾੰਦਦਾਰ ਉਹਨੂੰ ਦੇ ਦੇਣਾਵੇਂ اور نارملی ਤੌਰ ਤੇ ਜਿਹੜੇ ਤੁਰੇ ਦੀ ਲਵਰੋਂ ਨੇ ਇਸ ਤਰ੍ਹਾਂ ਦੇ ਜਿਹੜੇ ਰਿਕਵੈਸਟ ਹੁੰਦੇ ਨੇ ਉਹਨਾਂ ਨੂੰ ਐਕਸੈਪਟ ਵੀ ਕਰ ਲੈਂਦੇ ਨੇ ਲੇਕਿਨ ਮੇਰਾ ਜ਼ਾਤੀਆ ਹੀ مشورہ ਵੇਕ ਅਗਰ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਨਹੀਂ ਤੇ ਫਿਰ ਲੰਮੀਆਂ ਛੁੱਟੀਆਂ ਲੈਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਜਿਹੜਾ ਫਿਰੋਦਸਤੀ ਵੋ ਯਾਨੀ ਗਰਮੀਆਂ ਦਾ ਜਿਹੜਾ ਸੀਜ਼ਨ ਨੇ ਇਹਦੇ ਤੋਂ ਪਹਿਲੇ ਜਾਂ ਇਹਦੇ ਤੋਂ ਬਾਅਦ ਜੜੀਆਂ ਨੇ ਉਹ ਲੰਮੀਆਂ ਛੁੱਟੀਆਂ ਵਾਸਤੇ ਅਪਲਾਈ ਕਰਨਾ ਚਾਹੀਦਾ ਇਸ ਵਾਸਤੇ ਜਿਹੜਾ ਤੁਰੇ ਦੀ ਲਵਰੋਂ ਵੇ ਤੇ ਵਾਸਤੇ ਵਜ਼ ਜ਼ਿਆਦਾ ਮੁਸ਼ਕਿਲਾਂਤ ਨਹੀਂ ਹੁੰਦੀਆਂ ਔਰ ਤੁਹਾਨੂੰ ਛੁੱਟੀਆਂ ਜੜੀਆਂ ਨੇ ਉਹ ਵੀ ਮਿਲ ਜਾਂਦੀਆਂ ਨੇ ਅਗਰ ਤੁਹਾਨੂੰ